ਨਾਭਾ ਦੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੇ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 28 ਸਤੰਬਰ ਨੂੰ ਕਾਲਜ ਗਰਾਊਂਡ ਨਾਭਾ ਵਿਖੇ ਤੀਜਾ ਕਬੱਡੀ ਕੱਪ ਹੋਣ ਜਾ ਰਿਹਾ ਹੈ, ਜਿਸ ਦੇ ਸੰਬੰਧ ਵਿੱਚ ਸ਼ਹੀਦ ਭਗਤ ਸਿੰਘ ਸੋਸਾਇਟੀ ਦੇ ਮੈਂਬਰਾਂ ਦੇ ਵੱਲੋਂ ਅੱਜ ਕਬੱਡੀ ਕੱਪ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੋਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਤੂਹੀ ਅਤੇ ਮੈਂਬਰਾਂ ਨੇ ਦੱਸਿਆ ਕਿ 28 ਤਰੀਕ ਨੂੰ ਕਾਲਜ ਗਰਾਊਂਡ ਨਾਭਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਤੀਸਰਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕਬੱਡੀ ਕੱਪ ਦੇ ਵਿੱਚ ਕਿਸੇ ਵੀ ਜਗ੍ਹਾ ਤੋਂ ਖਿਡਾਰੀ ਹਿੱਸਾ ਲੈ ਸਕਦੇ ਨੇ। ਉਹਨਾਂ ਕਿਹਾ ਕਿ ਇਸ ਕਬੱਡੀ ਕੱਪ ਦੇ ਵਿੱਚ ਪਹਿਲਾ ਇਨਾਮ 51,000 ਰੁਪਏ ਅਤੇ ਦੂਸਰਾ ਇਨਾਮ 41,000 ਰੁਪਏ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਖਿਡਾਰੀ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਉਹਨਾਂ ਨੇ ਨਾਭਾ ਦੇ ਨਾਲ ਲੱਗਦੇ ਪਿੰਡਾਂ ਦੇ ਵਾਸੀਆਂ ਨੂੰ ਇਸ ਕਬੱਡੀ ਕੱਪ ਵਿੱਚ ਪਹੁੰਚਣ ਦੀ ਅਪੀਲ ਕੀਤੀ। ਅਸੀਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਤੀਜਾ ਕਬੱਡੀ ਕੱਪ ਨਾਭੇ ਕਾਲਜ ਗਰਾਊਂਡ ਦੇ ਵਿੱਚ ਕਰਵਾ ਰਹੇ ਹਾਂ ਅਤੇ ਇਹ ਜਿਹੜਾ ਅਸੀਂ ਸਾਰੇ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਕਰਵਾ ਰਹੇ ਹਾਂ। ਇਸ ਦੇ ਵਿੱਚ ਅਸੀਂ ਓਪਨ ਨੂੰ 51,000 ਫਸਟ ਨੂੰ ਅਤੇ 41,000 ਸੈਕਿੰਡ ਨੂੰ ਅਤੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ 11,000 65 ਕਿਲੋ ਨੂੰ ਅਸੀਂ 9,000 ਫਸਟ ਨੂੰ ਅਤੇ ਸੈਕਿੰਡ ਨੂੰ 11,000 ਫਸਟ ਨੂੰ ਅਤੇ 9,000 ਸੈਕਿੰਡ ਨੂੰ ਹਾਂ। ਇਹਦੇ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਜਿੰਦਰ ਸਿੰਘ ਜਿੰਦਰਾ ਭੜੋ ਉਹਨਾਂ ਦਾ ਵਿਸ਼ੇਸ਼ ਸਨਮਾਨ ਅਤੇ ਕੁਲਵੀਰ ਸਿੰਘ ਕਮੈਂਟਰ ਅੰਤਰਰਾਸ਼ਟਰੀ ਕਮੈਂਟਰ ਨੇ ਉਹਨਾਂ ਦਾ ਵਿਸ਼ੇਸ਼ ਸਨਮਾਨ ਰੱਖਿਆ ਗਿਆ। ਅਸੀਂ ਸਾਰੇ ਮੈਂਬਰ 28 ਤਰੀਕ ਨੂੰ ਭਗਤ ਸਿੰਘ ਦੇ ਜਨਮ ਦਿਨ 'ਤੇ ਸਭ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ ਵੀ ਆ ਕੇ ਸਾਡੇ ਖੇਡ ਮੇਲੇ ਰੌਣਕ ਵਧਾਓ ਅਤੇ ਕਬੱਡੀ ਦਾ ਆਨੰਦ ਮਾਣੋ। ਇਹ ਤੀਸਰਾ ਕਬੱਡੀ ਕੱਪ ਆ ਸਾਡਾ ਅਤੇ ਅਸੀਂ ਪਿਛਲੇ 3 ਸਾਲਾਂ ਤੋਂ ਕਰਵਾ ਰਹੇ ਹਾਂ ਅਤੇ ਅੱਗੇ ਵੀ ਕਰਵਾਉਂਦੇ ਰਹਾਂਗੇ ਅਤੇ ਅਸੀਂ ਖੇਡ ਪ੍ਰੇਮੀ ਨੂੰ ਕਹਿੰਦੇ ਹਾਂ ਵੀ ਤੁਸੀਂ ਜ਼ਰੂਰ ਪਹੁੰਚੋ ਅਤੇ ਆ ਕੇ ਖੇਡ ਮੇਲੇ ਦੀ ਰੌਣਕ ਵਧਾਓ ਅਤੇ ਸਾਡੇ ਕਬੱਡੀ ਕੱਪ ਦੇ ਵਿੱਚ ਤੁਸੀਂ ਆਪਣਾ ਯੋਗਦਾਨ। ਇੱਥੇ ਕੋਈ ਵੀ ਆ ਸਕਦਾ? ਹਾਂਜੀ ਹਾਂ, ਇਹ ਖੁੱਲ੍ਹਾ ਸੱਦਾ, ਕੋਈ ਵੀ ਆ ਸਕਦਾ, ਸਭ ਨੂੰ ਖੁੱਲ੍ਹਾ ਸੱਦਾ। ਅਤੇ ਸਾਡੀ ਸੰਸਥਾ ਵੱਲੋਂ ਇਸ ਦੇ ਨਾਲ ਨਾਲ ਜਿਵੇਂ ਅਸੀਂ PGI ਲੰਗਰ ਵੀ ਭੇਜਦੇ ਹਾਂ ਹਰ ਮਹੀਨੇ, ਹੁਣ ਕਰੋਨਾ ਕਰਕੇ ਬੰਦ ਕਰਿਆ ਹੋਇਆ, ਪਹਿਲਾਂ ਰੈਗੂਲਰ ਹਰ ਮੰਥ ਸਾਡੀ PGI ਲੰਗਰ ਜਾਂਦਾ ਸੀ ਸੰਸਥਾ ਵੱਲੋਂ। ਅਤੇ ਹੋਰ ਵੀ ਸੋਸ਼ਲ ਕੰਮ ਜਿਵੇਂ ਗਰੀਬ ਲੜਕੀਆਂ ਦੀ ਮਦਦ ਕਰਨੀ, ਬੱਚਿਆਂ ਦੇ ਵਿਆਹ ਦੀ, ਜਾਂ ਰਾਸ਼ਨ ਪਾਣੀ ਦਿੰਦੇ ਅਸੀਂ ਜਿਹੜੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਅਸੀਂ ਰਾਸ਼ਨ ਪਾਣੀ ਮਹੀਨੇ ਦਾ 2 ਮਹੀਨੇ ਦਾ ਆਪਣੀ ਸੰਸਥਾ ਵੱਲੋਂ ਜਾਂ 6 ਮਹੀਨੇ ਦਾ ਇਕੱਠਾ ਦਿੰਦੇ ਹਾਂ। ਇੱਦਾਂ ਦੇ ਸੋਸ਼ਲ ਵਰਕ ਕਰਦੇ ਅਸੀਂ ਸਾਰਾ ਜੀ ਅਤੇ ਸਾਡੇ ਸਾਰੇ ਮੈਂਬਰ ਵਧੀਆ ਸਹਿਯੋਗ ਦਿੰਦੇ ਨੇ ਅਤੇ ਅਸੀਂ ਨਿਰਪੱਖ ਹੋ ਕੇ ਇਸ ਨੂੰ ਕੰਮਾਂ ਨੂੰ ਕਰਦੇ। ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ 28 ਤਰੀਕ ਨੂੰ ਅਸੀਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਕਰਾ ਰਹੇ ਹਾਂ ਜੀ। ਇਹਦੇ ਵਿੱਚ ਓਪਨ ਦੀਆਂ ਟੀਮਾਂ ਅਤੇ 65 ਕਿਲੋ ਦੀਆਂ ਟੀਮਾਂ ਭਾਗ ਲੈਣਗੀਆਂ। ਅਸੀਂ ਖਿਡਾਰੀਆਂ ਨੂੰ ਵੀ ਬੇਨਤੀ ਕਰਦੇ ਹਾਂ ਅਤੇ ਖੇਡ ਪ੍ਰੇਮੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆ ਕੇ ਨਾਭੇ ਕਾਲਜ ਗਰਾਊਂਡ ਦੇ ਵਿੱਚ ਕੱਪ ਦੀ ਸੋਭਾ ਵਧਾਉਣ ਤਾਂ ਕਿ ਜੋ ਆਪਣੇ ਬੱਚੇ ਨਸ਼ਿਆਂ 'ਤੇ ਲੱਗੇ ਹੋਏ ਨੇ ਉਹ ਸਾਰੇ ਕਬੱਡੀ ਦੀ ਗੇਮ ਦੇਖ ਕੇ ਕਬੱਡੀ ਨਾਲ ਜੁੜਨ, ਨਸ਼ਿਆਂ ਤੋਂ ਟੁੱਟਣ ਅਤੇ ਸਾਡੇ ਵੱਲੋਂ ਕੀਤਾ ਜਿਹੜਾ ਉਪਰਾਲਾ ਇਹ ਵੀ ਸਫਲ ਹੋਵੇ, ਅਸੀਂ ਬੱਚਿਆਂ ਨੂੰ ਖੇਡ ਨਾਲ ਜੋੜ ਸਕੀਏ। ਤਰੀਕ ਨੂੰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਕਬੱਡੀ ਕੱਪ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਨ ਵਾਲੇ ਤਰੀਕ ਨੂੰ ਸਤੰਬਰ ਨੂੰ ਅਤੇ ਸਾਡੀ ਸੁਸਾਇਟੀ ਵੱਲੋਂ ਓਪਨ ਮੁਕਾਬਲਾ ਰੱਖਿਆ ਗਿਆ ਪੰਜਾਬ ਹਰਿਆਣਾ ਜਿੱਥੋਂ ਵੀ ਮਰਜ਼ੀ ਟੀਮਾਂ ਆ ਕੇ ਆਪਣਾ ਯੋਗਦਾਨ ਦੇਣ। ਪਹਿਲਾ ਇਨਾਮ 51,000 ਦਾ ਰੱਖਿਆ ਗਿਆ ਉਹਨਾਂ ਭਿੰਦੀ ਟਰਾਂਸਪੋਰਟ ਵੱਲੋਂ ਹੈ। ਸੈਕਿੰਡ ਇਨਾਮ ਹੈਗਾ ਆਪਣਾ ਜਿੰਦਰਾ ਭੜੋ ਤੋਂ 41,000 ਦਾ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਅਤੇ ਬਾਕੀ 11,000 ਦੇ ਇਨਾਮ ਆਪਣਾ ਦਲੱਦੀ ਅਤੇ ਜਸਪਾਲ ਦਲੱਦੀ ਤੋਂ ਉਹਨਾਂ ਵੱਲੋਂ ਹੈ ਅਤੇ 65 ਕਿਲੋ ਦਾ। ਕਿੰਨੇ ਰੋਜ਼ਾ ਟੂਰਨਾਮੈਂਟ? ਇੱਕ ਦਿਨ ਦਾ ਜੀ? ਕਿਸ ਤਰੀਕੇ? ਇਹ ਇੱਕ ਦਿਨ ਦਾ ਟੂਰਨਾਮੈਂਟ ਹੈ, ਸਵੇਰੇ ਆਪਣਾ 10 ਵਜੇ ਤੋਂ ਐਂਟਰੀ ਹੋਣੀ ਸ਼ੁਰੂ ਹੋਣ ਲੱਗ ਜਾਣਗੀਆਂ ਟੀਮਾਂ ਦੀਆਂ ਅਤੇ 10-11 ਵਜੇ ਤੱਕ ਸ਼ੁਰੂ ਹੋ ਜਾਏਗਾ ਤਾਂ ਰਾਤ ਦੇ 10 ਵਜੇ ਤੱਕ ਕੰਪਲੀਟ ਹੋ ਜਾਏਗਾ। ਆਵਾਜ਼ ਕੰਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।